ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਮੈਂ ਰਜਨੀ ਪਾਟਿਆ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਡਾਕਟਰ surjit singh patar ji ਦੀ ਕਵਿਤਾ ਲੈ ਕੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕ ਪਾਤਰ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਪਦਮਸ਼ਰੀ ਡਾਕਟਰ ਪਾਤਰ ਜੀ ਦੀ ਕਵਿਤਾ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੀ ਹੈ ਸਮਾਜ ਪਰਿਵਾਰ ਬੱਚੇ ਹਰ ਪੱਖ ਤੇ ਲਿਖਦੇ ਹੋਏ ਪਾਤਰ ਸਾਹਿਬ ਨੂੰ ਪੰਜਾਬੀ ਭਾਸ਼ਾ ਦੀ ਹੋਂਦ ਤੇ ਆਏ ਸੰਕਟ ਦੀ ਵੀ ਫਿਕਰ ਹੈ ਸੋ ਇਹ ਕਵਿਤਾ ਲਿਖੀ ਗਈ ਹੈ ਮਰ ਰਹੀ ਹੈ ਮੇਰੀ ਪਾਸ਼ਾ ਇਸ ਕਵਿਤਾ ਵਿੱਚ ਤਿੰਨ ਭਾਗ ਹਨ ਪਹਿਲਾ ਭਾਗ ਜਿਸ ਵਿੱਚ ਸ਼ਬਦ-ਸ਼ਬਦ ਪਾਸ਼ਾ ਦੇ ਮਰਨ ਦਾ ਬਿਉਰਾ ਦਿੱਤਾ ਗਿਆ ਹੈ ਦੂਜਾ ਇਸ ਵਿੱਚ ਪਾਸ਼ਾ ਨੂੰ ਕਿਵੇਂ ਇਸ ਹਾਲ ਤੱਕ ਪਹੁੰਚਾਇਆ ਗਿਆ ਤ੍ਰਿਤੀਜਾ ਇਸ ਚੀਜ਼ ਦਾ ਜ਼ਿਕਰ ਹੈ ਕਿ ਪਾਸ਼ਾ ਕਿਵੇਂ ਬਚ ਸਕਦੀ ਹੈ ਤੇ ਪੇਸ਼ ਹੈ ਜੀ ਪਾਤਰ ਸਾਹਿਬ ਦੀ ਕਵਿਤਾ ਮਰ ਰਹੀ ਹੈ ਮੇਰੀ ਪਾਸ਼ਾ ਮਰ ਰਹੀ ਹੈ ਮੇਰੀ ਪਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਪਾਸ਼ਾ ਵਾਕ ਵਾਕ ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੜਕਾ ਪੋ ਫਟਾਲਾ ਤੰਮੀ ਵੇਲਾ ਛਾਂ ਵੇਲਾ ਸੂਰਜ ਸਵਾਂ ਨੇ ਜੇ ਟਿੱਕੀ ਦੁਪਹਿਰ ਲੂਟਾ ਵੇਲਾ ਢਿੰਗਰ ਵੇਲਾ ਲੋਏ ਲੋਏ ਤਰਕਾਲਾ ਡੁੰਗੀਆਂ ਸ਼ਾਮਾਂ ਦੀਵਾ ਬੱਤੀ ਖੋਪੀਆਂ ਕੋੜਾ ਸੋਤਾ ਟਲਦੀਆਂ ਖਿੱਤੀਆਂ ਤਾਰੇ ਦਾ ਚੜਾਅ ਸਾਜਰਾ ਸੁਵਖਤਾ ਸਰਗੀ ਵੇਲਾ ਕੜੀਆਂ ਪਹਿਰ ਪਲ ਛਿਨ ਨਿਮਖ ਵਿਚਾਰੇ ਮਾਰੇ ਗਏ ਕੱਲੇ ਟਾਈਮ ਦੇ ਹੱਥੋਂ ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸੀ ਹਰ ਹਟਕੀ ਮਾਲਾ ਚੰਨੇ ਦਾ ਓਲਾ ਗਾਂਦੀ ਦੇ ਹੂਟੇ ਨਿਸਾਰ ਚਕਲੀਆਂ ਬੂੜੇ ਪਰ ਪਰ ਡੁੱਲਦੀਆਂ ਟਿੰਡਾ ਇਹਨਾਂ ਸਭ ਨੇ ਤਾਂ ਡੁੱਲ ਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਬੀਜੀ ਤੇ ਪਾਪਾ ਜੀ ਵੀ ਟੁਰ ਗਏ ਦਦੀਸਾਂ ਫਵੈਸਾਂ ਮਮੇਸਾਂ ਦੀ ਤੇ ਗੱਲ ਹੀ ਛੱਡੋ ਕਿੰਨੇ ਰਿਸ਼ਤੇ ਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਨੇ ਹਾਲੋ ਬਿਹਾਲ ਤੇ ਕੱਲ ਕਹਿ ਰਿਆ ਸੀ ਪੰਜਾਬ ਦੇ ਵੇੜੇ ਵਿੱਚ ਇੱਕ ਛੋਟਾ ਜਿਹਾ ਬਾਲ ਪਾਪਾ ਆਪਣੇ ਟਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ ਹਾ ਪੁੱਤਰ ਕਰ ਰਹੇ ਨੇ ਆਪਣੇ ਟਰੀ ਦੇ ਸਾਰੇ ਲੀਫਸ ਫਾਲ ਮਰ ਰਹੀ ਹੈ ਮੇਰੀ ਪਾਸ਼ਾ ਸ਼ਬਦ ਸ਼ਬਦ ਹੁਣ ਤਾਂ ਰੱਬ ਹੀ ਰਾਖਾ ਹੈ ਆਪਣੀ ਪਾਸ਼ਾ ਦਾ ਹੁਣ ਤਾਂ ਰੱਬ ਹੀ ਰਾਖਾ ਹੈ ਆਪਣੀ ਪਾਸ਼ਾ ਦਾ ਪਰ ਰੱਬ ਰੱਬ ਤਾਂ ਆਪ ਪਿਆ ਹੈ ਮਰਨਹਾਰ ਦੌੜੀ ਜਾ ਰਹੀ ਹੈ ਉਸ ਦੀ ਭੁਖੀ ਸੰਤਾਨ ਉਸ ਨੂੰ ਛੱਡ ਕੇ ਗੋਡ ਦੀ ਪਨਾਹ ਵਿੱਚ ਮਰ ਰਹੀ ਹੈ ਮੇਰੀ ਪਾਸ਼ਾ ਮਰ ਰਹੀ ਹੈ ਬਾਏ ਗੋਡ ਮਰ ਰਹੀ ਹੈ ਮੇਰੀ ਪਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਪਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ ਕਿ ਮਰਦੀ ਹੈ ਤਾਂ ਮਰ ਜਾਏ ਪਾਸ਼ਾ ਕਿ ਬੰਦੇ ਦਾ ਜਿਉਣਾ ਜ਼ਿਆਦਾ ਜ਼ਰੂਰੀ ਹੈ ਜਾਂ ਪਾਸ਼ਾ ਦਾ ਹਾਂ ਜਾਨ ਦਾ ਤੁਸੀਂ ਕਹੋਗੇ ਇਸ ਸ਼ਰਤ 'ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਬੰਦਾ ਜਿਉਂਦਾ ਤਾਂ ਰਹੇਗਾ ਪਰ ਕੀ ਉਹ ਬੰਦਾ ਰਹੇਗਾ ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪ ਹੀ ਦੱਸੋ ਹੁਣ ਜਦੋਂ ਦਾਣੇ-ਦਾਣੇ ਉੱਪਰ ਖਾਣ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ ਤਾਂ ਕੌਣ ਬੇਰਹਿਮ ਮਾਪ-ਬਾਪ ਚਾਹੇਗਾ ਤੇ ਉਸ ਸਥਿਤੀ ਆਪੁੱਤ ਡੁੱਬਦੀ ਪਾਸ਼ਾ ਦੇ ਜਹਾਜ਼ ਵਿੱਚ ਬੈਠੇ ਰਹਿਣ ਜਿਉਂਦਾ ਰਹੇ ਮੇਰਾ ਬੱਚਾ ਮਰਦੀ ਹੈ ਤਾਂ ਮਰ ਜੇ ਤੁਹਾਡੀ ਬੁੱਢੜੀ ਪਾਸ਼ਾ ਹੁਣ ਇਸ ਕਵਿਤਾ ਦਾ ਤੀਸਰਾ ਹਿੱਸਾ ਨਹੀਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਪਾਸ਼ਾ ਨਹੀਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਪਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਕੋਈ ਪਾਸ਼ਾ ਕੁਝ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਪਾਸ਼ਾ ਮਰਵੀ ਜਾਨ ਤਾਂ ਉਹ ਜਿਉਂਦੇ ਰਹਿੰਦੇ ਨੇ ਲੋਕ ਪਰਲੋਕ ਵਿੱਚ ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ ਸ਼ਬਦਾਂ ਦਾ ਪਰਲੋਕ ਅਸੀਂ ਵੀ ਜਾ ਸਕਦੇ ਹਾਂ ਜਿਉਂਦੇ ਜਾਗਦੇ ਸ਼ਬਦਾਂ ਦੇ ਪਰਲੋਕ ਵਿੱਚ ਉੱਥੇ ਉਹਨਾਂ ਦੇ ਪਰਿਵਾਰ ਵੱਸੇ ਹੁੰਦੇ ਹਨ ਮੀਲੇ ਲੱਗੇ ਹੁੰਦੇ ਹਨ ਉੱਥੇ ਸ਼ਬਦਾਂ ਦੇ ਮਰ ਚੁੱਕੇ ਲੇਖਕਾਂ ਦੀਆਂ ਜਿਉਂਦੀਆਂ ਕਿਤਾਬਾਂ ਵਿੱਚ ਰੱਬ ਨਹੀਂ ਤਾਂ ਨਾ ਸਹੀ ਸਤਗੁਰ ਇਸ ਤੇ ਸਹਾਈ ਹੋਣਗੇ ਇਸ ਨੂੰ ਬਚਾਣਗੇ ਇਸ ਨੂੰ ਬਚਾਉਣਗੇ ਸੂਫੀ ਸੰਤ ਫਕੀਰ ਕਿੱਸਾਕਾਰ ਨਾਬਰ ਸ਼ਾਇਰ ਆਸ਼ਿਕ ਯੋਧੇ ਮੇਰੇ ਲੋਕ ਅਸੀਂ ਆਪਾਂ ਸਾਡੇ ਸਬਨਾ ਦੇ ਮਰਨ ਤੋਂ ਬਾਅਦ ਹੀ ਮਰੇਗੀ ਸਾਡੀ ਭਾਸ਼ਾ। ਜਾਂ ਇਹ ਵੀ ਹੋ ਸਕਦਾ ਹੈ ਕਿ ਇਸ ਮਾਰਨਹਾਲ ਮਾਹੌਲ ਵਿੱਚ ਘਿਰ ਕੇ ਮਾਰਨਹਾਰ ਦਾ ਟੱਕਰਾ ਕਰਨ ਲਈ ਹੋਰ ਵੀ ਜੂੰਦੀ ਹੋਰ ਵੀ ਜੂੰਦੀ ਵਸਦੀ ਜਿਉਣ ਜੋਗੀ ਹੋਰ ਵੀ ਜਿਵੰਤ ਹੋ ਉੱਥੇ ਮੇਰੀ ਭਾਸ਼ਾ। ਸ਼ੁਕਰੀਆ ਜੀ।